ਹਾਂਜੀ ਫਿਰ ਚੱਲੇ ਸੀ ਅਕੈਡਮੀ ਛੱਡ ਕੇ ਰਾਜੀ ਨੀ ਕਰ ਹਾਂ ਬੱਕਰੇ ਦਾ ਸੂਪ ਖਰੋੜਾ ਸੂਪ ਅੰਡਾ ਸੂਪ ਕਲੇਜੀ ਸੂਪ ਦੀ ਗੁਨੋ ਚਲਾਉਂਦੀ ਬੁਲਟ ਲਓ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਰਾਤ ਆਇਆ ਬਹੁਤ ਜ਼ਬਰਦਸਤ ਮੀਂਹ ਲਓ ਜੀ ਜਲ ਥਲ ਹੋਇਆ ਪਿਆ ਆਪਣਾ ਪਾਣੀ 'ਚ ਨਾ ਪੈਰ ਮਾਰ ਲਿਓ ਲੇਟ ਹੋ ਲੇਟ ਤੁਸੀਂ ਅੱਜ ਜਲਦੀ ਕਰੋ ਪਾਪਾ ਤਾਂ ਇੰਨਾ ਹੀ ਟਾਈਮ ਲਾਉਂਦੇ ਆ ਪੁੱਤ ਤਿਆਰ ਹੋਣ 'ਚ ਅੱਧਾ ਘੰਟਾ ਚਲੋ 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 ਜਲਦੀ ਗੁੰਨੂ ਬੈਗ ਦੇ ਦੇ ਪੁੱਤ ਹਾਂ ਚੱਲ ਗੁੰਨੂ ਆਈ ਆ ਜੂਗੀ ਭੱਜ ਕੇ ਉਧਰ ਵੀ ਪਾਣੀ ਉਧਰ ਵੀ ਪਾਣੀ ਚੜ ਗਿਆ ਸਾ ਬਾਏ ਗਾਇਸ ਚੜ ਗਿਆ ਸਾ ਰਹਿ ਗਈ ਸੀ ਅੱਜ ਤੱਕ ਗੁੰਨੂ ਸੋਹਣੀ ਸੋਹਣੀ ਬਣਾ ਕੇ ਆਈ ਐਕਟੀਵਿਟੀ ਠੀਕ ਹੈ ਕੀ ਬਣਾਉਣਾ ਬਰਡ ਬੀਕ ਮਾਸਕ ਫੁੱਲ ਨੰਬਰ ਆਉਣੇ ਚਾਹੀਦੇ ਬਾਏ ਆਪਾਂ ਲੈਣਾ ਨੇਹਾ ਦਾ ਸਮਾਨ ਜਿਹੜੀ ਉਹ ਦਵਾਈ ਬਣਾਉਣੀ ਹੈ ਅਤੇ ਪੁੱਛੀਏ ਇੱਥੇ ਦੁਕਾਨ ਤੋਂ ਮਿਲ ਜੂ ਭੰਸਾਰੀ ਦੀ ਲਓ ਜੀ ਸਮਾਨ ਮਿਲ ਗਿਆ ਆਪਾਂ ਨੂੰ ਇੱਥੋਂ ਅਤੇ ਆਪਾਂ ਲੈ ਰਹੇ ਹਾਂ ਨੇੜੇ ਮਿਲ ਗਿਆ ਆਪਣੇ ਸੁਬਹਾ ਸੁਬਹਾ ਪਾਕਿਸਤਾਨੀ ਨਮਕ ਸਮਾਨ ਮਿਲ ਗਿਆ ਆਪਾਂ ਨੇੜੇ ਬੱਤੀਆਂ 'ਤੇ ਸੁਬਹਾ ਸੁਬਹ ਲੈ ਲਿਆ ਘਰੇ ਕਿਹਾ ਸੀ ਭੈਣ ਨੂੰ ਤਾਂ ਜਲਦੀ ਜਲਦੀ ਸੁਬਹਾ ਸੁਬਹਾ ਤੁਹਾਨੂੰ ਸਮਾਨ ਲਿਆ ਦੇਣਾ ਅਤੇ ਸੇਕ ਦੇਣਾ ਆਪਾਂ ਅਤੇ ਸਮਾਨ ਜਿਹੜਾ ਲਿਖਿਆ ਮਿਕਸਅਪ ਕਰਕੇ ਇਹਦਾ ਸੇਕ ਦੇਣਾ ਲਓ ਜੀ ਅੱਜ ਫਿਰ ਐਕਟੀਵਾ 'ਚ ਹਵਾ ਘੱਟ ਲੱਗਦੀ ਹੈ ਅਤੇ ਅੱਜ ਫਿਰ ਚੈੱਕ ਕਰਾਉਂਦੇ ਹਾਂ ਆਪਾਂ ਪੈਟਰੋਲ ਪੰਪ ਤੋਂ ਹਵਾ ਅਤੇ ਮੌਸਮ ਪੂਰਾ ਘੈਂਟ ਕਿਉਂਕਿ ਰਾਤ ਮੀਂਹ ਪਿਆ ਪੂਰਾ ਘੈਂਟ ਜ਼ਬਰਦਸਤ ਅਤੇ ਇਹ ਠੰਡੀ ਠੰਡੀ ਹਵਾ ਆਉਂਦੀ ਹੈ ਪਹਾੜਾਂ ਵਾਲੀ ਫੀਲਿੰਗ ਬਠਿੰਡੇ ਲੋੜ ਹੀ ਨਹੀਂ ਪੈਂਦੀ ਪਹਾੜਾਂ 'ਤੇ ਜਾਣ ਦੀ ਬਠਿੰਡੇ ਫੀਲਿੰਗ ਲੈ ਲਈ ਦੀ ਪਹਾੜਾਂ ਵਾਲੀ ਬਣਾਵਾਂਗੇ ਕਿਤੇ ਟਾਈਮ ਟੂਰ ਆਪਾਂ ਪਹਾੜਾਂ ਦਾ ਵੀ ਮੋਰਨਿੰਗ ਕੈਂਟ ਵਿਊ ਸ਼ੁਕਰੀਆ ਜਨਾਬ ਸ਼ੁਕਰੀਆ ਥੈਂਕ ਯੂ ਬਾਈ ਹੁਣੇ ਖੁਸ਼ ਹੋ ਜਾਂਦੇ ਆ ਮੈਡਮ ਨੇ ਹੋਰ ਸਮਾਨ ਦੱਸਤਾ ਅਤੇ ਉਹ ਪੁੱਛਦੇ ਆ ਉਹ ਦੁਕਾਨ ਤੋਂ ਤਾਂ ਮਿਲਣੀ ਉਹ ਕਹਿੰਦਾ ਮੈਂ 10-10 ਗ੍ਰਾਮ ਤਾਂ ਦਿੰਦਾ ਨਹੀਂ 20 ਗ੍ਰਾਮ ਦੇਊਂਗਾ ਪਰ ਜਿਹੜੀ ਆਪਾਂ ਦਵਾਈ ਬਣਾਉਣੀ ਹੈ ਅਤੇ ਉਹ ਤਾਂ 10-10 ਗ੍ਰਾਮ ਦੀ ਬਣਾਉਣੀ ਹੈ ਪੀਸ ਕੇ ਫਿਰ ਆਪਾਂ ਉਹ ਸ਼ੋਪ 'ਤੇ ਪੁੱਛਦੇ ਹਾਂ ਜੀਤ ਰੋਡ 'ਤੇ ਪੁੱਛਦੇ ਹਾਂ ਆਪਾਂ ਟੀ ਨਿੱਕਾ ਨਿੱਕਾ ਹਾਰਨ ਬਠਿੰਡੇ 'ਚ ਖੜਾ ਪਾਣੀ ਬਠਿੰਡੇ 'ਚ ਖੜਾ ਪਾਣੀ ਕਿੰਨਾ ਹੁਣ ਖਾਲੀ ਪਈਆਂ ਜੀਤ ਰੋਡ 'ਤੇ ਬਸ ਘੰਟੇ ਬਾਅਦ ਐ ਭਰ ਜਾਣੀਆਂ ਫੁੱਲ ਇੱਥੇ ਵਹੀਕਲ ਕੱਢਣ ਜਗ੍ਹਾ ਨਹੀਂ ਹੁੰਦੀ ਬਾਈ ਸਫਾਈ ਕਰੀ ਉਹਨਾਂ ਦੁਕਾਨ ਦੀ ਕੀ ਹਾਲ ਚਾਲ ਜਨਾਬ ਠੀਕ ਹੋ ਲਓ ਜੀ ਜਿਹੜਾ ਲੁਧਿਆਣੇ ਵਾਲਾ ਸਮਾਨ ਸੀ ਉਹ ਤਾਂ ਮਿਲ ਗਿਆ ਸਾਨੂੰ ਇੱਥੋਂ ਲੋਕਲ ਹੀ ਮੈਨੂੰ ਅਤੇ ਜਿਹੜਾ ਮੈਡਮ ਨੇ ਭੇਜੀ ਪਰਚੀ ਅਤੇ ਉਹ ਮਿਲੂ ਬਾਜ਼ਾਰੋਂ ਹੀ ਸਮਾਨ ਕਹਿੰਦੇ 10-10 ਗ੍ਰਾਮ ਨਹੀਂ ਦਿੰਦੇ ਅਸੀਂ ਅਤੇ 20-20 ਗ੍ਰਾਮ ਦੇਵਾਂਗੇ ਪਰ ਆਪਾਂ ਨੂੰ ਚਾਹੀਦਾ 10-10 ਗ੍ਰਾਮ ਹੈ ਕਿਉਂਕਿ ਟੋਟਲ ਤੋਂ ਮਿਕਸਰ ਕਰਨਾ 16 ਗ੍ਰਾਮ ਹੀ ਅਤੇ ਹੁਣ ਬਾਜ਼ਾਰ ਜਾਂਦੇ ਹਾਂ ਧੋਬੀ ਬਾਜ਼ਾਰ ਉੱਥੋਂ ਲੈਂਦਾ ਮੈਂ ਉਹ ਜੀ ਕਮਾਲ ਹੀ ਹੋ ਗਈ ਅੱਜ ਤਾਂ ਮੈਂ ਜੀਤ ਰੋਡ ਤੋਂ ਧੋਬੀ ਬਾਜ਼ਾਰ ਪੂਰੇ 2 ਮਿੰਟਾਂ 'ਚ ਪਹੁੰਚ ਗਿਆ ਹੈ ਨਾ ਕਮਾਲ ਕਿਉਂਕਿ ਫਿਰ ਆਹ ਹੁਣ ਥੋੜ੍ਹੇ ਜਿਹੇ 10 ਵਜੇ ਤੋਂ ਪੂਰਾ ਟ੍ਰੈਫਿਕ ਹੋ ਜਾਂਦਾ ਫਿਰ ਉਦੋਂ ਟਾਈਮ ਲੱਗ ਜਾਂਦਾ ਸੁਬਹਾ ਸੁਬਹਾ ਰੈੱਡ ਲਾਈਟਸ ਵੀ ਚੱਲ ਨਹੀਂ ਰਹੀਆਂ ਸੀਗੀਆਂ ਅਤੇ ਬਸ ਫਿਰ ਆਹ ਦੇਖੋ 20 ਦੀ ਸਪੀਡ 'ਤੇ ਚੱਲਦੀ ਆਪਣੀ ਐਕਟੀਵਾ ਪਹੁੰਚ ਗਏ ਇੱਥੇ ਚੌਂਕ ਕੋਲ ਆ ਦੁਕਾਨ ਕੋਰਨਰ 'ਤੇ ਸੁਬਹਾ ਸੁਬਹਾ ਮਾਰਕੀਟ ਦੇ ਗੇੜੇ ਹੋ ਗਏ
ਸਮਾਨ ਕਰਦੇ ਆਪਣਾ ਪੈਕ ਉਹ ਬਾਈ ਹੋਣੀ ਪਹੁੰਚ ਗਏ ਕਿੱਥੇ ਜਾਪਣ ਲੈ ਦੇਸ ਰਾਜ ਯਾਦਗਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੋ ਗਏ ਹੁਣ ਸੁਬਹਾ ਸੁਬਹਾ ਕਿਲ੍ਹਾ ਸਾਹਿਬ ਦੇ ਦਰਸ਼ਨ ਹੋ ਗਏ ਕਿਆ ਬਾਤ ਆ ਸੁਬਹਾ ਸੁਬਹਾ ਦਰਸ਼ਨ ਬਟ ਅੰਦਰ ਵੀ ਜਾਵਾਂਗੇ ਆਪਾਂ ਜਦੋਂ ਫ੍ਰੀ ਹੋਏ ਹਾਂ ਜੀ ਦਵਾਈ ਮਿਕਸਅਪ ਕਰ ਰਹੇ ਹਾਂ ਆਪਾਂ ਮਿਕਸੀ 'ਚ ਬਣਾ ਰਹੇ ਹਾਂ ਦੇਸੀ ਦਵਾਈ ਅਤੇ ਜਿਹੜੀ ਇਹ ਦਵਾਈ ਬਣ ਰਹੀ ਹੈ ਪਹਿਲੀ ਅਤੇ ਇਹ ਨੇਹਾਂ ਨੇ ਪਾਣੀ ਨਾਲ ਲੈਣੀ ਹੈ ਇਹ ਉੱਧਰ ਸਾਨੂੰ ਦੱਸਿਆ ਭਾਬੀ ਹੋਣਾ ਨੇ ਮਨਮੀਤ ਦੇ ਮੰਮਾ ਨੇ ਦੂਜੀ ਉਹ ਲੁਧਿਆਣੇ ਵਾਲੀ ਉਹ ਆਪਾਂ ਪੀਸਾਂਗੇ ਹਜੇ ਉਹ ਵੀ ਪੀਸਦੇ ਹਾਂ ਟੀ ਵੀ 'ਤੇ ਵਲੌਗ ਦੇਖਣ ਦਾ ਮਜ਼ਾ ਆ ਜਾਂਦਾ ਜਿਹੜਾ ਆਹ ਸਮਾਨ ਲਿਖਿਆ 1 ਕਿਲੋ ਪਾਕਿਸਤਾਨੀ ਨਮਕ 250 ਸਵੇਦ ਫਟਕੜੀ 4 ਚਮਚ ਹਲਦੀ 8 ਲੌਂਗ 10 ਰੀਣ ਦੇ ਬੀਜ ਇਹਨਾਂ ਸਾਰਿਆਂ ਨੂੰ ਪੀਸ ਕੇ ਗਰਮ ਕਰਕੇ ਸੂਤੀ ਕੱਪੜੇ ਵਿੱਚ ਬੰਨ ਕੇ ਸਵੇਰੇ ਸ਼ਾਮ ਉੱਤੇ 15 ਦਿਨ ਸੇਕ ਦੇਣਾ ਆਪਾਂ ਅਤੇ ਪਾਕਿਸਤਾਨੀ ਨਮਕ ਆ ਗਿਆ ਹਲਦੀ ਹੋ ਗਈ ਅਤੇ ਆਹ ਫਟਕੜੀ ਨੂੰ ਆਪਾਂ ਪਿਘਲਾ ਰਹੇ ਹਾਂ ਹੋਰ ਕਿਰਪਾ ਯਾਦ ਆਇਆ ਕੀ ਬੋਲਣ ਦੂਜਾ ਹਾਂ ਆਹ ਬਣ ਗਿਆ ਜਿਹੜਾ ਪਾਣੀ ਨਾਲ ਲੈਣਾ ਕੀ ਹੋ ਜੂਗਾ ਲਓ ਜੀ ਚੱਲਦੇ ਹਾਂ ਕੰਮ ਬਾਲ ਹਜੇ ਵਾਹੁਣ ਵਾਲੇ ਆ ਅਤੇ ਗੱਡੀ ਲਾਈ ਹੈ ਕੋਲਡ ਸਟਾਰਟ 'ਤੇ ਗਰਮ ਕਰਨ ਵਾਸਤੇ ਪਾਣੀ ਦੇਖੋ ਖਾਤਾ ਖੜਾ ਹੋਇਆ ਪਿਆ ਰੇਸ ਨਾਲ ਥੋੜ੍ਹੀ ਜਿਹੀ ਵਧੀ ਹੋਈ ਹੈ ਚੈੱਕ ਕਰਾ ਕੇ ਲੈ ਕੇ ਆਉਂਦਾ ਮੈਂ ਓਏ ਮੈਂ ਖੜਾ ਓਏ ਮੈਂ ਇੱਥੇ ਖੜਾ ਗਾ ਕਿਹਦੇ ਕੋਲ ਚੱਲਿਆ ਮੈਂ ਤਾਂ ਆ ਸੀ ਅੱਜ ਫਿਰ ਚੱਲੇ ਸੀ ਅਕੈਡਮੀ ਮੈਨੂੰ ਗਈ ਹੋਈ ਅਕੈਡਮੀ 3 ਵਜੇ ਦੀ ਅਤੇ ਟਾਈਮ ਹੋ ਗਏ 6 ਗਈ ਹੈ ਮਹੀਨੇ ਬਾਅਦ ਅਤੇ ਪੇਪਰ ਚੱਲਣ ਲੱਗ ਗਏ ਸੀ ਗੁੰਨੂ ਦੇ ਅਤੇ ਹੁਣ ਫ੍ਰੀ ਹੋ ਗਈ ਅਤੇ ਹੁਣ ਅਕੈਡਮੀ ਹੋ ਗਿਆ ਰੈਗੂਲਰ ਜਾਣਾ ਕਰ ਦਾਂਗੇ ਸਟਾਰਟ ਆਪਾਂ ਅਤੇ ਹੁਣ ਲੈਣ ਚੱਲੇ ਗੁੰਨੂ ਨੂੰ ਕਿੱਡਾ ਸੋਹਣਾ ਲੱਗਦਾ ਟ੍ਰੀ ਜੈਲੋ ਜੈਲੋ ਫਲਾਵਰ ਬੜਾ ਸੋਹਣਾ ਲੱਗਦਾ ਸੀਗਾ ਲਓ ਜੀ ਪਹੁੰਚ ਗਏ ਅਕੈਡਮੀ ਅਤੇ ਬਾਈ ਨੂੰ ਮਿਲਦੇ ਆ ਲਓ ਜੀ ਗੁੰਨੂ ਆ ਗਈ ਸੀਗੀ ਅਤੇ ਮਿਲਿਆ ਇੱਥੇ ਗਗਨ ਅਕੈਡਮੀ ਦੇ ਨੀਚੇ ਗਗਨ ਨੇ ਲਿੱਤਾ ਬੁਲਟ ਅਤੇ ਪੁੱਠੇ ਗੇਰਾਂ ਵਾਲਾ ਅਤੇ ਮੈਂ ਕਿਹਾ ਚਲਾ ਕੇ ਦੇਖਦੇ ਹਾਂ ਦਿੰਦੇ ਹਾਂ ਵਧਾਈਆਂ ਨਾਲੇ ਇਹਨੂੰ ਅੰਦਰ ਹੀ ਚਲਾ ਗਿਆ ਕਿਵੇਂ ਰਿਹਾ ਗੁੰਨੇ ਪ੍ਰੈਕਟਿਸ ਵਧੀਆ ਹੋਈ ਜਾਣਾ ਹੁਣ ਚਲੋ ਕੰਪੀਟੀਸ਼ਨ ਤਿਆਰੀ ਕਰਦੀ ਹੈ ਵਧਾਈਆਂ ਬਾਬੇ ਤੈਨੂੰ ਬੁਲਟ ਦੀਆਂ ਤੁਹਾਨੂੰ ਵੀ ਹਾਂ ਗੁੰਨੂ ਚਲਾਉਂਦੀ ਬੁਲਟ ਚਲਾਉਣ ਲੱਗੀ ਹੈ ਹੁਣ ਕਹਿੰਦੀ ਸੀ ਮੈਂ ਚਲਾਉਣਾ ਹੁਣ ਚਲਾ ਮੂੰਹ 'ਚ ਕੀ ਹੈ ਤੇਰੇ ਉਡੀਆਂ ਗੱਲਾਂ ਹੋਈਆਂ ਪਈਆਂ ਖਾ ਖਾ ਲਓ ਜੀ ਆਪ ਹੀ ਕਰ ਦਿੰਦੇ ਹਾਂ ਮਾੜਾ ਕੰਮ ਕਰਕੇ ਗਿਆ ਇਹ ਚੱਲਿਆ ਮਾਰਕੀਟ ਮਾਰਕੀਟ ਮਤਲਬ ਬਾਜ਼ਾਰ ਬਾਜ਼ਾਰ ਮਤਲਬ ਮਾਲ ਰੋਡ ਲਓ ਜੀ ਆਏ ਸੀਗੇ
ਸੂਪ ਲੈਣ। ਹਾਂਜੀ ਹਾਂਜੀ ਰਹਿਣ ਦਿਓ ਫਿਰ, ਪਿਆਜ਼ ਰਹਿਣ ਦਿਓ। ਗਿਆਨੀ ਜੀ ਦੀ ਪੁਰਾਣੀ ਰੇਹੜੀ, ਖਰੋੜਾ ਸੂਪ, ਚਿਕਨ ਸੂਪ। ਕੰਮ ਚੱਲੀ ਜਾਂਦਾ ਇੱਧਰ ਬਾਜ਼ਾਰ 'ਚ। ਬੱਕਰੇ ਦਾ ਸੂਪ, ਖਰੋੜਾ ਸੂਪ, ਅੰਡਾ ਸੂਪ, ਕਲੇਜੀ ਸੂਪ, ਤਵਾ ਚਿਕਨ 200 ਰੁਪਏ। ਕਿਆ ਬਾਤ ਹੈ, ਨੇਹਾ ਨੂੰ ਨਾਲ ਨਾਲ ਸੂਪ ਵੀ ਪਿਆਉਂਦੇ ਹਾਂ ਆਪਾਂ, ਜਲਦੀ ਠੀਕ ਕਰ ਦੇਣਾ। ਦੇਖੋ ਟ੍ਰੈਫਿਕ ਜਾਮ, ਕੋਈ ਇੱਧਰ ਇੱਕ ਪਾਸੇ ਨਹੀਂ ਕਰਦਾ, ਕੋਈ ਵੀ ਰਸਤਾ ਦੇ ਕੇ ਰਾਜੀ ਨਹੀਂ ਗਾ। ਕੋਈ ਵੀ ਰਾਹ ਛੱਡ ਕੇ ਰਾਜੀ ਨਹੀਂ ਗਾ, ਹਾਂ ਕੋਈ ਵੀ ਇੱਕ ਦੂਜੇ ਨੂੰ ਰਸਤਾ ਦੇ ਕੇ ਰਾਜੀ ਨਹੀਂ ਗਾ। ਆਏ ਨਹੀਂ ਕਿ ਚਲੋ ਲੰਘ ਜਾਂਦੇ ਹੀ, ਗੱਡੀ ਆ ਗੱਡੀ ਮੋੜਨੀ ਆ ਵੱਡੀ, ਨਾ ਸਾਰਿਆਂ ਨੂੰ ਕਾਲੀ ਕਿ ਅਸੀਂ ਟੱਪ ਜੀ ਅਸੀਂ ਟੱਪ ਜੀਏ। ਬਠਿੰਡੇ ਦਾ ਸਟੇਡੀਅਮ, ਬੱਚੇ ਖੇਡਦੇ ਵੀ ਹੋਏ ਆ, ਸੈਰ ਵੀ ਕਰ ਰਹੇ ਆ, ਸਾਰਾ ਕੁਛ ਹੋ ਰਿਹਾ। ਲਓ ਜੀ ਆਹ ਗਲੀ ਦੇਖ ਕੇ ਮੇਰਾ ਯਾਰ, ਮੇਰਾ ਮਿੱਤਰ ਪਿਆਰਾ ਭਰਾ, ਉਹਨੂੰ ਪਤਾ ਲੱਗ ਜੂਗਾ ਮੈਂ ਕਿਹੜੀ ਗਲੀ ਫਿਰ ਕਿੱਥੇ ਫਿਰਦਾ, ਦੇਖ ਲੂਗਾ, ਦਰਸ਼ਨ ਕਰ ਲੂਗਾ ਰੌਣਕ ਮੇਲਾ। ਆਪਣੇ ਯਾਰ ਦੀ ਕੋਠੀ, ਬਾਹਰ ਗਿਆ ਹੋਇਆ ਬਾਈ ਇਹ ਆਪਣਾ ਦੇਖ ਕੇ, ਮੈਸੇਜ ਤਾਂ ਕਮੈਂਟ ਤਾਂ ਜ਼ਰੂਰ ਕਰੂਗਾ, ਖੁਸ਼ ਹੋ ਜੂਗਾ, ਲਾਈਕ ਅਤੇ ਕਮੈਂਟ ਤਾਂ ਜ਼ਰੂਰ ਕਰਿਆ ਕਰੋ। ਵਿਊਜ਼ ਤਾਂ ਬਹੁਤ ਆਉਂਦੇ ਆ, ਬਟ ਜਿਹੜੇ ਹਿਸਾਬ ਨਾਲ ਆਪਾਂ ਨੂੰ ਵਿਊਜ਼ ਆਉਂਦੇ ਆ, ਲਾਈਕ ਨਹੀਂ ਹੈਗੇ। ਲਾਈਕ ਕਮੈਂਟ ਜ਼ਰੂਰ ਵੱਧ ਤੋਂ ਵੱਧ ਕਰੋ। ਸਾਡੇ ਫੇਜ਼ 3 ਦਾ ਮਸ਼ਹੂਰ ਗੋਲ ਗੱਪੇ ਵਾਲਾ, ਇਹਦਾ ਬਹੁਤ ਲਾਈਨ ਲੱਗੀ ਰਹਿੰਦੀ ਇਹਦੇ, ਅੱਜ ਨਹੀਂ ਇਹਦਾ ਆਏ ਨਹੀਂ ਪਤਾ, ਜਿਵੇਂ ਹੁਣ ਆਪਾਂ ਦੇਖਿਆ ਹੁਣ ਹੈ ਨਹੀਂ, 2 ਮਿੰਟਾਂ ਨੂੰ ਆਈ ਹੈ ਤਾਂ ਭੀੜ, ਪੂਰੇ ਮੁੰਡੇ ਕੁੜੀਆਂ ਸਾਰੇ ਵੱਡਾ ਛੋਟਾ ਸਾਰੇ ਖਾਂਦੇ ਆ ਇੱਥੇ। ਕੁਆਲਿਟੀ ਵੀ ਹੈ, ਟੇਸਟੀ ਬਹੁਤ ਹੈ, ਸਾਰਿਆਂ ਨੂੰ ਪਸੰਦ ਆਉਂਦੇ ਆ ਇੱਥੋਂ ਦੇ ਗੋਲ ਗੱਪੇ। ਹੋਮ ਸਵੀਟ ਹੋਮ, ਜਵਾਕ ਪਾਰਕ 'ਚ ਗਏ ਹੋਏ ਖੇਡਣ, ਪਾਰਕ ਗਏ ਹੋਏ ਪਾਰਕ 'ਚ ਲੈ ਕੇ ਆਉਂਦੇ ਹਾਂ ਗਰਮ ਗਰਮ ਪੀ ਲੈਣਗੇ ਸੂਪ। ਮੈਂ ਵੀ ਕਿੰਨਾ ਟਾਈਮ ਹੋ ਗਿਆ ਗਿਆ ਹੀ ਨਹੀਂ ਪਾਰਕ 'ਚ, ਨਾਲੇ ਰਹਿੰਦੇ ਪਾਰਕ ਕੋਲ ਆ, ਆ ਕਿੱਡੀ ਤੇਜ਼ ਗੱਡੀ ਮੋੜੀ। ਹਾਈਵੇ ਮਹੱਲਾ ਹੈਗਾ, ਰੈਜੀਡੈਂਸ ਏਰੀਆ, ਇਹ ਤਾਂ ਜੁੱਤੀਆਂ ਮਾਰੇ ਦੇਖਦੇ ਕਿੱਥੇ ਜਵਾਕ ਸਾਡੇ, ਉਹ ਫਿਰਦਾ ਸਾਡੇ ਛੋਟਾ ਸਾਹਿਬਜ਼ਾਦਾ ਦਾ, ਅਰੇ ਇਕੱਲੇ ਦੀ ਆਵਾਜ਼ ਆਉਂਦੀ ਹੈ। ਸਾਹਿਬ ਆ ਜਾਓ, ਤੂੰ ਵੀ ਇੱਥੇ ਆ, ਆ ਜਾ ਉਰੇ ਆ, ਗੱਲ ਤਾਂ ਸੁਣ। ਸੁਣਦਾ ਨੀ ਇਹਨਾਂ ਤਾਂ ਬੋਲੀ ਜਾਂਦਾ ਮੈਂ, ਬੋਲਿਆ ਤੈਨੂੰ ਨੀ ਸੁਣਿਆ, ਸਾਰਿਆਂ ਨੂੰ ਸੁਣ ਗਿਆ, ਮੂੰਹ ਚ ਕਦੋਂ ਬੋਲਿਆ, ਉੱਚੀ ਬੋਲਿਆ। ਸਾਹਿਬ ਆ ਜਾ, ਸੂਪ 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 ਲੈ ਕੇ ਆਇਆ ਮੈਂ, ਸੂਪ ਲੈ ਕੇ ਆਇਆ, ਬੋਲਾ ਸੁਣਦਾ ਨੀ, ਥੱਕ ਗਈ, ਪਹਿਲਾਂ ਭੰਗੜਾ ਰਿਹਰਸਲ ਲਾ ਕੇ ਆਈ ਹੈ, ਹੁਣ ਪਾਰਕ 'ਚ ਖੇਡਣ ਚਲਾ ਗਿਆ, ਉਹ ਦੇਖੋ ਪੈਰ ਧੋਣ ਚਲਾ ਗਿਆ, ਫਿਰ ਅੰਦਰ ਵੜੂਗਾ, ਪਹਿਲਾਂ ਪੈਰ ਧੋਊਗਾ ਫਿਰ ਅੰਦਰ ਜਾਊਗਾ, ਹੱਥ ਧੋ ਕੇ ਫਿਰ
कपड़े चेंज करके बेड पे बैठूगा। ब्लैक बोर्ड गुनो दा सुबह तक जी इतनी समाप्त करते हैं आप अज का व्लॉग। थानू मिलेंगे कल एक नवे व्लॉग च। लाइक कमेंट जरूर करके जाइयो। बाय।